ਬੇਟਾ ਹੁਣ ਆਪਾਂ 9ਵੀਂ ਕਲਾਸ ਦਾ ਅਧਿਆਇ 2 ਬਹੁਪਦ ਦੀ 2.3 ਅਭਿਆਸ ਦਾ ਅਖੀਰਲਾ ਸਵਾਲ ਤੀਜਾ ਸਵਾਲ ਕਰਨ ਜਾ ਰਹੇ ਹਾਂ। ਇਸ ਸਵਾਲ ਦੇ ਵਿੱਚ ਥੋੜ੍ਹਾ ਜਿਹਾ ਚੇਂਜ ਹੈ ਬੇਟਾ। ਇਸ ਸਵਾਲ 'ਚ ਕਿਹਾ ਗਿਆ ਕਿ ਜਾਂਚ ਕਰੋ ਕਿ ਆਹਲੀ ਬਹੁਪਦ ਇਸ ਬਹੁਪਦ ਦਾ ਗੁਣਨਖੰਡ ਹੈ ਕਿ ਨਹੀਂ। ਇਸ ਵਿੱਚ ਬਾਕੀ ਨਹੀਂ ਪੁੱਛਿਆ ਗਿਆ ਕਿ ਬਾਕੀ ਪਤਾ ਕਰੋ, ਪਰ ਬੇਟਾ ਗੁਣਨਖੰਡ ਵੀ ਬਾਕੀ ਦੀ ਮਦਦ ਤੋਂ ਹੀ ਪਤਾ ਲੱਗਦਾ ਹੈ। ਜੇਕਰ ਤੁਹਾਡੇ ਕੋਲ ਬਾਕੀ ਮਤਲਬ ਰਿਮੈਂਡਰ ਦਾ ਆਂਸਰ 0 ਆਉਂਦਾ ਹੈ ਤਾਂ ਆਪਾਂ ਕਹਿੰਦੇ ਹਾਂ ਕਿ GX PX ਦਾ ਗੁਣਨਖੰਡ ਹੈ, ਅਦਰਵਾਈਜ਼ ਅਸੀਂ ਕਹਿੰਦੇ ਹਾਂ GX PX ਦਾ ਗੁਣਨਖੰਡ ਨਹੀਂ ਹੈ। ਇਹਦਾ ਮਤਲਬ ਜਦੋਂ ਵੀ ਤੁਹਾਨੂੰ ਕੁਐਸਚਨ ਆ ਜਾਂਦਾ ਕਿ ਪਤਾ ਕਰੋ ਕਿ ਇਹ ਵਾਲੀ ਬਹੁਪਦ ਇਸ ਬਹੁਪਦ ਦੀ ਗੁਣਨਖੰਡ ਹੈ ਜਾਂ ਨਹੀਂ ਹੈ, ਤੁਸੀਂ ਕੱਢਣਾ ਫਿਰ ਬਾਕੀ ਹੀ ਹੈ ਬੇਟਾ। ਵੱਡੀ ਘਾਤ ਵਾਲੀ ਰਕਮ ਨੂੰ PX ਅਤੇ ਛੋਟੀ ਘਾਤ ਵਾਲੀ ਨੂੰ GX ਮੈਂ ਮੰਨ ਚੁੱਕਾ ਹੈ, ਤੁਸੀਂ ਦੇਖ ਸਕਦੇ ਹੋ। ਅਤੇ ਆਪਣਾ ਅਗਲਾ ਕਨਸੈਪਟ ਤਾਂ ਤੁਹਾਨੂੰ ਪਤਾ ਹੀ ਹੈ ਬਾਕੀ ਕੱਢਣ ਦਾ, ਕਿ ਸਭ ਤੋਂ ਪਹਿਲਾਂ ਅਸੀਂ GX ਨੂੰ ਕਿਹਦੇ ਬਰਾਬਰ ਰੱਖਦੇ ਹਾਂ, 0 ਦੇ ਬਰਾਬਰ ਰੱਖਦੇ ਹਾਂ। ਅਤੇ 7 ਜਮ੍ਹਾਂ 3X ਸਾਡੇ ਕੋਲ 0 ਦੇ ਬਰਾਬਰ ਆ ਚੁੱਕਾ ਹੈ। 7 ਸਭ ਤੋਂ ਪਹਿਲਾਂ ਅਸੀਂ ਸੱਜੇ ਹੱਥ ਭੇਜਾਂਗੇ ਅਤੇ ਉਹ ਮਾਈਨਸ ਦਾ ਹੋ ਗਿਆ, ਤਾਂ ਐਕਸ ਦੀ ਬਰਾਬਰੀ ਆ ਗਈ -7/3। ਅਸੀਂ ਐਕਸ ਦਾ ਮੁੱਲ ਪਤਾ ਕਰ ਲਿਆ ਹੈ। ਹੁਣ ਆਪਾਂ ਬਾਕੀ ਪਤਾ ਕਰਨ ਲਈ ਆਪਣਾ ਜਿਹੜਾ ਪੱਕਾ ਕੰਮ ਹੈਗਾ ਕਿ ਅਸੀਂ ਪੀ ਦੇ ਵਿੱਚ ਹੁਣ -7/3 ਭਰਾਂਗੇ। ਹੁਣ ਪੀ ਤੁਹਾਡੇ ਕੋਲ ਸਾਹਮਣੇ ਹੈਗਾ, ਪੀ ਦੇ ਵਿੱਚ ਤੁਸੀਂ 3 ਲਿਖਣਾ ਹੈ ਪਹਿਲਾਂ, ਫਿਰ -7/3 ਦੀ ਘਾਤ 3 ਜਮ੍ਹਾਂ 7 ਲਿਖ ਕੇ ਫਿਰ -7/3 ਲਿਖ ਲਿਆ ਹੈ। ਹੁਣ ਮੈਂ ਤੁਹਾਨੂੰ ਸਮਝਾਇਆ ਸੀਗਾ ਕਿ ਘਾਤ ਜੇ 3 ਵਾਰੀ ਹੈ ਤਾਂ ਤੁਸੀਂ ਘਾਤ ਨੂੰ ਤੋੜਨਾ ਹੈ। 7/3 ਕਿੰਨੀ ਵਾਰ ਲਿਖੋਗੇ? 3 ਵਾਰੀ ਲਿਖੋਗੇ, ਜਮ੍ਹਾਂ 7 -7/3। ਹੁਣ ਤੁਸੀਂ ਸਿੰਪਲ ਇਹਨੂੰ ਸੋਲਵ ਕਰਨ ਜਾ ਰਹੇ ਹੋ, ਧਿਆਨ ਨਾਲ ਦੇਖਿਓ ਕਿੰਨੇ ਮਾਈਨਸ ਨੇ, 3, ਇਸ ਕਰਕੇ ਮਾਈਨਸ ਦਾ ਸਾਈਨ ਲੱਗੇਗਾ। ਇਸ 3 ਨਾਲ ਇਸ 3 ਨੂੰ ਅਸੀਂ ਕੱਟ ਸਕਦੇ ਨੇ, 77 49, 49 ਨੂੰ ਅਸੀਂ 7 ਨਾਲ ਗੁਣਾ ਕਰਕੇ ਦੇਖ ਸਕਦੇ ਹਾਂ। ਰਫ ਕੰਮ ਦੇ ਵਿੱਚ 9 7 63, 3 ਉੱਪਰ 6, 7 4 28 ਦੇ 6 34, ਸਾਡੇ ਕੋਲ ਆ ਗਿਆ ਹੈ -343/3 3 9। ਫਿਰ ਇੱਕ ਮਾਈਨਸ ਹੈ ਲੱਗੇਗਾ, 77 49/3। ਹੁਣ ਤੁਹਾਨੂੰ ਮੈਂ ਸਮਝਾਇਆ ਸੀਗਾ ਜੇ ਬਟੇ ਵਾਲੀ ਰਕਮ ਆ ਜਾਵੇ ਤਾਂ ਤੁਸੀਂ ਹਰ ਸੇਮ ਬਣਾ ਲਓ, ਇੱਥੇ 9 ਹੈ, ਇੱਥੇ 3 ਹੈ, ਤਾਂ 3 3 9 ਹੁੰਦਾ, ਇਸ 3 ਨਾਲ ਗੁਣਾ ਕਰ ਦਈਏ, ਅਤੇ ਇੱਧਰ ਵੀ ਅਸੀਂ 3 ਨਾਲ ਗੁਣਾ ਕਰ ਦਈਏ ਤਾਂ ਸਾਡਾ ਹਰ ਬਰਾਬਰ ਹੋ ਸਕਦਾ ਹੈ। ਅਤੇ ਹੁਣ ਸਾਡੇ ਕੋਲ ਆ ਗਿਆ -343/9 -49 ਨੂੰ ਅਸੀਂ 3 ਨਾਲ ਗੁਣਾ ਕਰਕੇ ਦੇਖਣ ਲੱਗੇ ਹਾਂ ਰਫ ਕੰਮ ਦੇ ਵਿੱਚ। 9 3 27, 7 ਉੱਪਰ 2, 4 3 12 ਅਤੇ 2 14, ਸਾਡੇ ਕੋਲ ਆ ਗਿਆ -147/9। ਹੁਣ ਆਪਾਂ 9 ਬਰਾਬਰ ਹੋ ਚੁੱਕਾ ਹੈ ਨੀਚੇ, ਅਤੇ ਇਸ ਕਰਕੇ ਸਾਡੇ ਕੋਲ ਅਸੀਂ ਇੱਕੋ ਵਾਰੀ 9 ਲਿਖਦੇ ਹਾਂ, ਤੁਹਾਨੂੰ ਦੱਸਿਆ ਸੀਗਾ ਇੱਕ ਵਾਰੀ 9 ਲਿਖ ਕੇ -343 ਅਤੇ -147, ਤੁਹਾਨੂੰ ਪਤਾ ਹੀ ਹੈ ਮਾਈਨਸ ਮਾਈਨਸ ਹਮੇਸ਼ਾ ਪਲੱਸ ਹੁੰਦਾ ਹੈ, ਇਸ ਕਰਕੇ 343 ਦੇ ਵਿੱਚ ਅਸੀਂ 147 ਜੋੜਨ ਲੱਗੇ ਹਾਂ। 7 3 10, 0 ਉੱਪਰ 1, 4 4 8, 9 3 3 1 4, ਤਾਂ ਸਾਡਾ ਜਿਹੜਾ ਆਂਸਰ ਆ ਰਿਹਾ ਬੇਟਾ ਉਹ ਆ ਰਿਹਾ -490/9, ਜੋ ਕਿ 0 ਦੇ ਬਰਾਬਰ ਨਹੀਂ ਆਇਆ ਹੈ। ਇਸ ਦਾ ਮਤਲਬ ਅਸੀਂ ਕੀ ਲਿਖਾਂਗੇ ਕਿ GX PX ਦਾ ਗੁਣਨਖੰਡ ਨਹੀਂ ਹੈ। ਅਤੇ ਅਸੀਂ ਇੰਗਲਿਸ਼ 'ਚ ਕੀ ਲਿਖਾਂਗੇ? GX ਇਜ਼ ਨਾਟ ਫੈਕਟਰ ਆਫ PX। ਅਤੇ ਇਹ ਸਾਡਾ ਆਂਸਰ ਹੋਏਗਾ। ਉਮੀਦ ਹੈ ਤੁਹਾਨੂੰ ਇਹ ਸਵਾਲ ਵਧੀਆ ਤਰੀਕੇ ਨਾਲ ਸਮਝ ਆਇਆ ਹੋਏਗਾ। ਇਸ ਸਵਾਲ ਦੇ ਵਿੱਚ ਬੇਟਾ ਕੈਲਕੂਲੇਸ਼ਨ ਥੋੜ੍ਹੀ ਜਿਹੀ ਜ਼ਿਆਦਾ ਸੀਗੀਆਂ, ਇਸ ਕਰਕੇ ਧਿਆਨ ਨਾਲ ਦੇਖਿਓ, ਇੱਕ ਵਾਰੀ ਜ਼ਰੂਰ ਕੱਢ ਕੇ ਦੇਖ ਲਈਓ, ਅਤੇ ਮੇਰੀ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ, ਅਤੇ ਮੈਨੂੰ ਕਮੈਂਟ ਵੀ ਕਰਿਓ ਕਿ ਤੁਹਾਨੂੰ ਵੀਡੀਓ ਵਧੀਆ ਤਰੀਕੇ ਨਾਲ ਸਮਝ ਆਈ ਕਿ ਨਹੀਂ ਆਈ।